ਪਟਨੇ ਸ਼ਹਿਰ ਕੁਝ ਬੈਠੀਆਂ ਨਾਰਾਂ ਰਲ ਮਿਲ ਏਦਾਂ ਕਰਨ ਵਿਚਾਰਾ। ਪਟਨੇ ਸ਼ਹਿਰ ਕੁਝ ਬੈਠੀਆਂ ਨਾਰਾਂ ਰਲ ਮਿਲ ਏਦਾਂ ਕਰਨ ਵਿਚਾਰਾ। ਉਹ ਵੇਖੋ ਸੁੱਕੇ ਬਾਗਾਂ ਦੇ ਵਿੱਚ ਆਈਆਂ ਕਿੰਜ ਖੂਬਾਰਾ। ਇਸ ਖਜ਼ਾ ਦੀ ਰੁੱਤ ਅੰਦਰ ਫੁੱਲਾਂ ਤੇ ਖੇੜਾ ਆਇਆ ਹੈ। ਇਹ ਰਾਸ ਭਾਗੇ ਜਾਵਰ ਨਹੀਂ ਦੱਸੋ ਕਿਹੜਾ ਆਇਆ। ਉਹਨਾਂ ਵਿੱਚੋਂ ਇੱਕ ਬਿਰਧ ਮਾਤਾ ਜਿਸ ਏਦਾਂ ਆਖਸਨ ਆਇਆ ਏ, ਹਿੰਦੂਆਂ ਦਾ ਰਾਖਾ ਆਇਆ ਏ, ਮੋਮਣਾਂ ਦਾ ਰਾਖਾ ਆਇਆ ਏ, ਇਸ ਆਉਣਿਆਂ ਹੀ ਜੱਗ ਉੱਤੇ ਐਸਾ ਚੰਨ ਚੜਾਇਆ ਏ, ਪਾਣੀ ਅਤੇ ਦੁੱਧ ਆਸਾਂਝਾ ਹੱਥ ਟਿਕਾਇਆ ਏ। ਇਸ ਆਉਣਿਆਂ ਹੀ ਜੱਗ ਉੱਤੇ ਐਸਾ ਚੰਨ ਚੜਾਇਆ ਏ, ਪਾਣੀ ਅਤੇ ਦੁੱਧ ਉੱਤੇ ਆਸਾਂਝਾ ਹੱਥ ਟਿਕਾਇਆ ਏ। ਇਸ ਮੱਖਣ ਖੋ ਕੇ ਖਾਣਾ ਨਹੀਂ, ਭੁੱਖਿਆਂ ਨੂੰ ਆਪ ਖਵਾਵੇਗਾ। ਸਿੰਘ ਸਾਹਿਬ ਕ੍ਰਿਸ਼ਨ ਦੀ ਗੱਲ। ਇਸ ਮੱਖਣ ਖੋ ਕੇ ਖਾਣਾ ਨਹੀਂ, ਭੁੱਖਿਆਂ ਨੂੰ ਆਪ ਖਵਾਵੇਗਾ। ਇਹ ਲਾਲਮ ਨੂੰ ਦੂਰ ਕਰੇਗਾ, ਮਜ਼ਲੂਮਾਂ ਨੂੰ ਸੀਨੇ ਲਾਵੇਗਾ। ਇਹ ਮਾਰਗ ਲੇਲੇ ਪਾਣੀ ਦੇ ਘੜਿਆਂ ਨੂੰ ਤੋੜੀ ਜਾਵੇਗਾ। ਘੜਿਆਂ ਦਾ ਪਾਣੀ ਜਾਵਰ ਦੇ ਬੇੜੇ ਨੂੰ ਰੋੜੀ ਜਾਵੇਗਾ। ਬਾਦ ਘੜਿਆਂ ਦਾ ਪਾਣੀ ਜਾਵਰ ਦੇ ਬੇੜੇ ਨੂੰ ਰੋੜੀ ਜਾਵੇਗਾ। ਇਹ ਪਟਨੇ ਦੀ ਸੁੰਦਰ ਧਰਤੀ ਨੂੰ ਜਦੋਂ ਮਾਰੂ ਤੀਰ ਜਦਾਈਆਂ ਦੇ, ਤਾਂ ਵਾਸੀ ਇੱਥੋਂ ਦੇ ਸਾਰੇ ਹੋ ਜਾਣੇ ਮਾਂ ਸਦਾਈਆਂ ਦੇ। ਇਹ ਪਟਨੇ ਦੀ ਧਰਤੀ ਨੂੰ ਜਾਂ ਮਾਰੂ ਤੀਰ ਜਦਾਈਆਂ ਦੇ, ਤਾਂ ਵਾਸੀ ਇੱਥੋਂ ਦੇ ਸਾਰੇ ਹੋ ਜਾਣੇ ਮਾਂ ਸਦਾਈਆਂ ਦੇ। ਅਨੰਦਪੁਰ ਦੀ ਧਰਤੀ 'ਤੇ ਇਹ ਜਾ ਕੇ ਪੈਰ ਟਿਕਾਵੇਗਾ। ਅਨੰਦਪੁਰ ਦੀ ਧਰਤੀ 'ਤੇ ਇਹ ਜਾ ਕੇ ਪੈਰ ਟਿਕਾਵੇਗਾ। ਫਿਰ ਉੱਥੇ ਵੇਖਿਓ ਜਾ ਕੇ ਨੀ ਇਹ ਕੀ ਚੋਜ ਵਿਖਾਵੇਗਾ। 9 ਸਾਲ ਦੀ ਉਮਰੇ ਹੀ ਇਹ ਪਿਤਾ ਸ਼ਹੀਦ ਕਰਾਵੇਗਾ। 9 ਸਾਲ ਦੀ ਉਮਰੇ ਹੀ ਇਹ ਪਿਤਾ ਸ਼ਹੀਦ ਕਰਾਵੇਗਾ। ਵਿੱਚ ਦਿੱਲੀ ਚਾਂਦਨੀ ਚੌਂਕ ਦੇ ਉਹ ਖੁਦ ਜਾ ਕੇ ਸੀਸ ਕਟਾਵੇਗਾ। ਇਸ ਧਰਮ ਦੇ ਲੇਖੇ ਸੀਸ ਧਰਮ ਦੇ ਲੇਖੇ ਲਾ, ਹਿੰਦੂਆਂ ਦਾ ਧਰਮ ਜਵਾ ਬਚਾਵੇਗਾ। ਤੇਗ ਬਹਾਦਰ ਹਿੰਦ ਚਾਦਰ ਸਾਰਾ ਜਗ ਆਖਸਨਾਵੇਗਾ। ਸੀਸ ਧਰਮ ਦੇ ਲੇਖੇ ਲਾ, ਹਿੰਦੂਆਂ ਦਾ ਧਰਮ ਬਚਾਵੇਗਾ। ਤੇਗ ਬਹਾਦਰ ਹਿੰਦੀ ਚਾਦਰ ਜਗ ਸਾਰਾ ਆਖਸਨਾਵੇਗਾ। ਮਜ਼ਲੂਮਾਂ ਦੀ ਰਾਖੀ ਲਈ ਇਹ ਤੀਜਾ ਪੰਥ ਚਲਾਵੇਗਾ। ਚਿੜੀਆਂ ਤੋਂ ਬਾਜ ਚੜਾਵੇਗਾ, 1.25 ਲੱਖ ਦੀ ਇੱਕ ਲੜਾਵੇਗਾ। ਚਿੜੀਆਂ ਤੋਂ ਬਾਜ ਚੜਾਵੇਗਾ, 1.25 ਲੱਖ ਦੀ ਇੱਕ ਲੜਾਵੇਗਾ। ਇਹ ਗਿੱਦੜਾਂ ਤੋਂ ਸ਼ੇਰ ਬਣਾਵੇਗਾ, ਗੋਬਿੰਦ ਸਿੰਘ ਨਾਂ ਰਖਾਵੇਗਾ। ਗਊ ਗਰੀਬ ਦੀ ਰੱਖਿਆ ਲਈ ਇਹ ਕਰਨਾ ਜੰਗ ਸਿਖਾਵੇਗਾ। 22 ਧਾਰ ਦੇ ਰਾਜਿਆਂ ਨੂੰ ਨੇਕੀ ਦਾ ਸਬਕ ਸਿਖਾਵੇਗਾ। ਇਹ ਦਿੱਲੀ ਲਾਹੌਰ ਦੇ ਤਖਤਾਂ ਨੂੰ ਮਿੱਟੀ ਦੇ ਵਿੱਚ ਮਿਲਾਵੇਗਾ। ਬਹੁਤ ਖੂਬ, ਇਹ ਦਿੱਲੀ ਲਾਹੌਰ ਦੇ ਤਖਤਾਂ ਨੂੰ ਮਿੱਟੀ ਦੇ ਵਿੱਚ ਮਿਲਾਵੇਗਾ। ਦੋ ਪੁੱਤ ਅਜੀਤ ਜੁਝਾਰ ਇਹਨੇ, ਧਿਆਨ ਦੇਣਾ, ਦੋ ਪੁੱਤ ਅਜੀਤ ਜੁਝਾ ਰਹੇ ਨੇ, ਚਮਕੌਰ ਸ਼ਹੀਦ ਕਰਾਉਣੇ ਨੇ। ਦੋ ਪੁੱਤ ਛੋਟੇ ਸਰਹੰਦ ਨੀਹਾਂ ਦੇ ਵਿੱਚ ਚਲਾਉਣੇ ਨੇ। ਉੱਥੇ ਹੀ ਮਾਂ ਗੁਜ਼ਰੀ ਨੇ, ਪ੍ਰਾਣ ਧਰਮ ਦੇ ਲੇਖੇ ਲਾਉਣੇ ਨੇ। ਫਿਰ ਮਾਛੀ ਵਾੜੇ ਜੰਗਲਾਂ ਵਿੱਚ ਕੰਡਿਆਂ ਦੇ ਆਸਣ ਲਾਉਣਾ ਹੈ। ਫਿਰ ਮਾਛੀ ਵਾੜੇ ਜੰਗਲਾਂ ਵਿੱਚ ਕੰਡਿਆਂ ਦੇ ਆਸਣ ਲਾਉਣਾ ਹੈ। ਕੰਡਿਆਂ ਦੇ ਸੌਂਕੇ ਇੰਨੇ ਫਿਰ ਇੰਜ ਤਰਾਨਾ ਗਾਉਣਾ ਹੈ। ਕੰਡਿਆਂ ਦੇ ਸੌਂਕੇ ਇੰਨੇ ਫਿਰ ਇੰਜ ਤਰਾਨਾ ਗਾਉਣਾ ਹੈ। ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ, ਹਾਂਜੀ
ਗਾਇਆ ਰਮਾਣਾ ਸਾਹਿਬ ਬਾਦਪੁਰ। ਹਾਂਜੀ ਵਾਹਿਗੁਰੂ। ਇਤਿਹਾਸ ਬਹੁਤ ਲੰਮਾ ਹੈ। ਕੋਈ ਨਹੀਂ ਕੋਈ ਨਹੀਂ, ਤੁਸੀਂ ਅਸੀਂ ਵੀ ਲੰਮੇ। ਹਾਂਜੀ ਇਹ ਮਾਛੀ ਵਾੜੇ ਜੰਗਲਾਂ ਵਿੱਚ ਕੰਢਿਆਂ ਦੇ ਆਸਣ ਲਾਉਣਾ ਨੇ, ਕੰਢਿਆਂ ਦੇ ਸੌਕੇ ਇੰਨੇ ਫਿਰ ਇੰਜ ਤਰਾਨੇ ਜਾਣੇ ਨੇ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਹਜ਼ਾਰ ਦੇ ਦੱਸਣ ਸੱਤਰ ਤੰਗਾ, ਭੱਠ ਖੜਿਆਂ ਦਾ ਰਹਿਣਾ, ਸੂਲ ਸਰਾਈ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ। ਉੱਥੋਂ ਇਹ ਖਦਰਾਣੇ ਦੀ, ਉੱਥੋਂ ਇਹ ਖਦਰਾਣੇ ਆ ਢਾ ਤੇ ਡੇਰਾ ਲਾਵੇਗਾ, ਉੱਥੋਂ ਆਓ ਖਦਰਾਣੇ ਆ ਢਾ ਤੇ ਡੇਰਾ ਲਾਉਣਾ ਹੈ, ਰੰਗ ਜੇਬ ਦੀਆਂ ਫੌਜਾਂ ਨੇ ਇਹਨੂੰ ਘੇਰਾ ਪਾਉਣਾ ਹੈ। ਉੱਥੋਂ ਆਓ ਖਦਰਾਣੇ ਢਾ ਤੇ ਡੇਰਾ ਲਾਉਣਾ ਹੈ, ਰੰਗ ਜੇਬ ਦੀਆਂ ਫੌਜਾਂ ਨੇ ਆ ਇਹਨੂੰ ਘੇਰਾ ਪਾਉਣਾ ਹੈ। ਉੱਥੇ ਵੀ ਆਉਣੇ ਸਿੰਘ ਚਾਲੀ, ਜਿਨ੍ਹਾਂ ਮਾਝੇ ਦਾ ਨਾਮ ਚਮਕਾਉਣਾ ਹੈ, ਉਹਨਾਂ 40 ਸਿੰਘਾਂ ਨੇ ਲੱਖਾਂ ਨੂੰ ਮਾਰ ਮਕਾਉਣਾ ਹੈ, ਉਹਨਾਂ 40 ਸਿੰਘਾਂ ਨੇ ਲੱਖਾਂ ਨੂੰ ਮਾਰ ਮਕਾਉਣਾ ਹੈ। ਉਹਨਾਂ ਵਿੱਚ ਹੋਣੀ ਮਾਈ ਭਾਗੋ, ਜਿਸ ਖੰਡਾ ਖੂਨ ਖੜਕਾਉਣਾ ਹੈ, ਘਰ ਟੁਕੜੇ ਮੁਟਕੜੇ ਮੁਗਲਾਂ ਦੇ ਉਸ ਮਿੱਟੀ ਵਿੱਚ ਮਗਾਉਣਾ ਹੈ। ਉਹਨਾਂ ਵਿੱਚ ਹੋਣੀ ਮਾਈ ਭਾਗੋ, ਜਿਸ ਖੱਡਾ ਖੂਨ ਖੜਕਾਉਣਾ ਹੈ, ਕਰ ਟੁਕੜੇ ਟੁਕੜੇ ਮੁਗਲਾਂ ਦੇ ਉਸ ਮਿੱਟੀ ਵਿੱਚ ਮਲਾਉਣਾ ਹੈ। ਉਹਨਾਂ ਲਿਖਿਆ ਹੈ ਬੇਦਾਵਾ ਜੋ ਆਨੰਦਪੁਰ ਗੋਬਿੰਦ ਸਿੰਘ ਤੋਂ ਪੜਵਾਉਣਾ ਹੈ। ਮਹਾਂ ਸਿੰਘ ਰਟੌਲੀਏ ਨੇ ਸੀਨੇ, ਮਹਾਂ ਸਿੰਘ ਰਟੌਲੀਏ ਨੂੰ ਫਿਰ ਸੀਨੇ ਇਹਨੇ ਲਾਉਣਾ ਹੈ। ਹੋ 40 ਸਿੰਘ ਸ਼ਹੀਦ ਜਾਣੇ, ਹੋ 40 ਸਿੰਘ ਸ਼ਹੀਦ ਜਾਣੇ, ਉਹਨਾਂ ਮੁਕਤੀ ਦਾ ਦਰ ਪਾਉਣਾ ਹੈ, ਖਦਰਾਣੇ ਦੀ ਢਾਲ ਨੇ ਫਿਰ ਮੁਕਤਸਰ ਅਗਵਾਉਣਾ ਹੈ। ਉਹਨਾਂ 40 ਸਿੰਘਾਂ ਨੇ ਮੁਕਤੀ ਦਾ ਦਰ ਪਾਉਣਾ ਹੈ, ਖਦਰਾਣੇ ਦੀ ਢਾਲ ਨੇ ਫਿਰ ਮੁਕਤਸਰ ਅਗਵਾਉਣਾ ਹੈ। ਫਿਰ ਉੱਥੋਂ ਤੁਰਨ ਦੇੜ ਆ ਡੇਰਾ ਇਹਨੇ ਲਾਉਣਾ ਹੈ, ਫਿਰ ਉੱਥੋਂ ਆ ਫਿਰ ਉੱਥੋਂ ਤੁਰਨ ਦੇੜ ਆ ਡੇਰਾ ਇਹਨੇ ਲਾਉਣਾ ਹੈ। ਉੱਥੇ ਵਿਗੜੇ ਇੱਕ ਸਾਧੂ ਨੂੰ ਇਸ ਬੰਦਾ ਚਾਹ ਬਣਾਉਣਾ ਹੈ, ਬੰਦਾ ਬਾਦ। ਫਿਰ ਉੱਥੋਂ ਤੁਰਨ ਨਦੇੜਾ ਡੇਰਾ ਇਹਨੇ ਲਾਉਣਾ ਹੈ, ਉੱਥੇ ਵਿਗੜੇ ਇੱਕ ਸਾਧੂ ਨੂੰ ਇਸ ਬੰਦਾ ਚਾਹ ਬਣਾਉਣਾ ਹੈ। ਉਸ ਬੰਦੇ ਨੂੰ ਰਿਹਾ ਸਾਰਾ ਇਹਨਾਂ ਨੇ ਆਪ ਸੁਣਾਉਣਾ ਹੈ, ਬੰਦਾ ਬੰਦੇ ਨੂੰ ਸਿੰਘ ਪੰਥ ਦਾ ਆ ਜਥੇਦਾਰ ਰਖਵਾਉਣਾ ਹੈ, ਬੰਦਾ ਸਿੰਘ ਨੇ ਪੰਥ ਦਾ ਆ ਜਥੇਦਾਰ ਅਖਵਾਉਣਾ ਹੈ। ਬੰਦਾ ਸਿੰਘ ਪੰਜਾਬ ਜਾਵੇਗਾ, ਦਿੱਲੀ ਦਾ ਤਖ਼ਤ ਢਾਵੇਗਾ, ਸਰਹੰਦ ਦਾ ਨਾਂ ਮਟਾਵੇਗਾ, ਨਿਸ਼ਾਨ ਕੇਸਰੀ ਚਲਾਵੇਗਾ, ਖਾਲਸੇ ਦਾ ਰਾਜ ਕਰਾਵੇਗਾ, ਇਤਿਹਾਸ ਨਵਾਂ ਬਣਾਵੇਗਾ, ਵੈਰੀ ਤੋਂ ਬਦਲਾ ਲੈ ਕੇ ਲੈਣੇ ਲਈ ਉਹ ਕੰਨਾਂ ਨੂੰ ਹੱਥ ਲਵਾਵੇਗਾ, ਵੈਰੀ ਤੋਂ ਬਦਲਾ ਲੈ ਕੇ ਉਹ ਕੰਨਾਂ ਨੂੰ ਹੱਥ ਲਵਾਵੇਗਾ। ਉਧਰ ਵਿੱਚ ਨਦੇੜ ਵੇਖਿਓ ਨੀ, ਗੋਬਿੰਦ ਸਿੰਘ ਇੱਕ ਤਖ਼ਤ ਨਵਾਂ ਬਣਾਵੇਗਾ। ਬੜੀ ਬੀਬੀ ਉਹਨਾਂ ਸਾਰੀ ਆਖਰੀ ਆ ਰਹੀ ਹੈ, ਹਾਂ ਭਵਿੱਖ ਸਾਰਾ ਉਸਨੂੰ ਪਤਾ ਸੀ, ਅੰਤਰਜਾਮੀ ਸੀ ਸਾਰੀ। ਉਧਰ ਵਿੱਚ ਨਦੇੜ ਦੇਖਿਓ ਨੀ, ਗੋਬਿੰਦ ਤਖ਼ਤ ਨਵਾਂ ਸਜਾਵੇਗਾ,
ਸਜਾ ਕੇ ਤਖ਼ਤ ਗੁਰੂ ਗ੍ਰੰਥ ਸਾਹਿਬ ਉਸ ਅੱਗੇ ਸੀਸ ਝੁਕਾਵੇਗਾ ਤਾਜ ਤਖ਼ਤ ਕਰ ਪੰਥ ਵਾਲੇ ਫਿਰ ਏਦਾਂ ਆਖ ਸੁਣਾਵੇਗਾ ਉਦੋਂ ਉੱਧਰ ਵਿੱਚ ਨੇ ਦਿਲ ਵੇਖਿਓ ਨੀ ਗੋਬਿੰਦ ਨਵਾਂ ਤਖ਼ਤ ਸਜਾਵੇਗਾ ਸਜਾ ਕੇ ਤਖ਼ਤ ਗੁਰੂ ਗ੍ਰੰਥ ਸਾਹਿਬ ਉਸ ਅੱਗੇ ਸੀਸ ਨਵਾਵੇਗਾ ਤਖ਼ਤ ਤਾਜ ਤਖ਼ਤ ਕਰ ਪੰਥ ਵਾਲੇ ਫਿਰ ਏਦਾਂ ਆਖ ਸੁਣਾਵੇਗਾ ਇੱਕ ਦੋਹਰਾ ਇੱਕ ਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਾਸ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਰੇ ਕਰ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਣਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਣਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਵੇਲੇ ਇਹ ਹੁਕਮ ਸਲਾਗੇ ਸਭ ਨੂੰ ਸੱਚਖੰਡ ਚਾਲੇ ਪਾਵੇਗਾ ਗੁਰੂ ਗ੍ਰੰਥ ਦੇ ਹੁਕਮ ਦੀ ਖਾਲਸਾ ਪੰਥ ਚਲਾਵੇਗਾ ਇਹ ਹੁਕਮ ਸੁਣਾ ਕੇ ਸਭ ਨੂੰ ਸੱਚਖੰਡ ਚਾਲੇ ਪਾਵੇਗਾ ਗੁਰੂ ਗ੍ਰੰਥ ਦੇ ਹੁਕਮ ਦੀ ਖਾਲਸਾ ਪੰਥ ਚਲਾਵੇਗਾ ਉਸ ਬਿਰਧ ਮਾਤਾ ਨੇ ਹਾਲ ਸਾਰਾ ਸਭਨਾ ਨੂੰ ਸੁਣਾ ਦਿੱਤਾ ਆਖਰੀ ਚੰਦ ਲੈਣਾ ਉਸ ਬਿਰਧ ਮਾਤਾ ਨੇ ਹਾਲ ਸਾਰਾ ਸਭਨਾ ਨੂੰ ਸੁਣਾ ਦਿੱਤਾ ਇਹ ਸੁਣ ਕੇ ਸਭ ਹੈਰਾਨ ਹੋਈਆਂ ਸਭਨਾ ਨੂੰ ਸੋਚੀ ਪਾ ਦਿੱਤਾ ਉੱਠ ਸਕੀਆਂ ਸਭ ਉੱਠ ਸਕੀਆਂ ਸਭੇ ਉੱਠ ਖੜੀਆਂ ਉੱਠ ਸਕੀਆਂ ਸਭੇ ਉੱਠ ਖੜੀਆਂ ਹੱਥ ਜੋੜ ਕਰਨ ਅਰਦਾਸ ਜੀਓ ਹੇ ਰਾਮ ਹੇ ਅੱਲਾ ਹੇ ਵਾਹਿਗੁਰੂ ਤੁਧਾ ਗਏ ਹੈ ਅਰਦਾਸ ਜੀਓ ਹੇ ਰਾਮ ਹੇ ਅੱਲਾ ਹੇ ਵਾਹਿਗੁਰੂ ਤੁਧ ਆ ਗਏ ਹੈ ਅਰਦਾਸ ਜੀਓ ਸਾਡੇ ਗੋਬਿੰਦ ਨੂੰ ਨਾ ਕੁਝ ਹੋਵੇ ਸਾਨੂੰ ਸਦ ਲੈ ਆਪਣੇ ਪਾਸ ਜੀਓ ਸਾਡੇ ਗੋਬਿੰਦ ਨੂੰ ਨਾ ਕੁਝ ਹੋਵੇ ਸਾਨੂੰ ਸਦ ਲੈ ਆਪਣੇ ਪਾਸ ਜੀਓ ਤੋ ਆਖਰੀ ਸ਼ੇਰ ਹੈ ਸਿੰਘ ਸਾਹਿਬ ਜੀ ਇਹ ਕਰ ਅਰਦਾਸ ਸਭਨਾਂ ਨੇ ਧਰਤੀ ਤੇ ਸੀਸ ਨਵਾ ਦਿੱਤਾ ਮਾਂ ਗੁਜਰੀ ਅੰਦਰੋਂ ਬਾਹਰ ਸਭਨਾਂ ਨੂੰ ਇਹ ਸੁਣਾ ਦਿੱਤਾ ਇਹ ਕਰ ਅਰਦਾਸ ਸਭਨਾਂ ਨੇ ਧਰਤੀ ਤੇ ਸੀਸ ਨਵਾ ਦਿੱਤਾ ਮਾਂ ਗੁਜਰੀ ਅੰਦਰੋਂ ਬਾਹਰ ਸਭਨਾਂ ਨੂੰ ਇਹ ਸੁਣਾ ਦਿੱਤਾ ਇਹ ਗੋਬਿੰਦ ਬਾਲ ਤੁਹਾਡਾ ਹੈ ਇੰਜ ਸਭਨਾਂ ਨੂੰ ਸਮਝਾ ਦਿੱਤਾ ਗੋਦੀ ਵਿੱਚ ਚੁੱਕੇ ਗੋਬਿੰਦਾ ਕੋਮਲ ਮੁਖ ਗੋਦੀ ਚੁੱਕੇ ਗੋਬਿੰਦਾ ਕੋਮਲ ਮੁਖ ਖਾਤਾ ਹੋਈ ਹੋਈ ਰਖਮਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ